ਤਾਲਾ ਜ਼ਰੂਰ ਦੇਖਾਂਗੇ ਜੀ, ਖੁਆਇਸ਼ ਲੈ ਕੇ ਆਏ ਕੀ ਕਹਿੰਦੇ ਨੇ। ਠੀਕ ਆ, ਬਾਕੀ ਕੋਈ ਸਵਾਲ ਹੈਗਾ ਤੇ ਅਸੀਂ ਜਵਾਬ ਦੇ ਦਾਂਗੇ। ਸਵਾਲ ਹੈ ਕੋਈ, ਦੇਖੋ ਦੋਸਤਾਂ ਨੂੰ ਕੋਈ ਪਤਾ ਚੱਲ ਜੇ ਕੋਈ ਗਰਮ ਪਾਣੀ ਅਗਰ ਤੁਹਾਡੀ ਨਜ਼ਰ 'ਚ ਹੈ, ਜਿਵੇਂ ਕਬੂਤਰ ਡਾਮ 'ਚ ਕੋਈ ਹੈ ਵੇ, ਉਹ ਅੱਛਾ ਗਰਮ ਪਾਣੀ। ਗਰਮ ਪਾਣੀ ਯਾਰ ਬਰੇ ਨਹੀਂ ਹੈ ਦੇਖੋ, ਕਬੂਤਰ ਬਾਦੀ ਤੇ ਬਹੁਤ ਕੁਛ ਹੈ। ਇੱਥੇ ਲਾਓ, ਇੱਥੇ ਲਾਓ ਗਰਮ ਪਾਣੀ, ਕੋਈ ਦੱਸੋ ਜਦੀਦ ਜਿਹਾ ਜਿਹੜਾ ਦੋਸਤਾਂ ਨੂੰ ਫਾਇਦਾ ਹੋਵੇ। ਜਿਵੇਂ ਚੜ੍ਹਦੇ ਪੰਜਾਬ ਦੇ ਦੋਸਤ ਨੇ ਮੇਰੇ ਕਾਫੀ ਸਾਰੇ, ਉਹਨਾਂ ਨੂੰ ਫਾਇਦਾ ਹੋਏ। ਕਬੂਤਰ ਤੇ ਸਰਦੀ ਗਰਮੀ ਗਰਮ ਹੀ ਉੱਡਦਾ ਜੇ, ਠੀਕ ਹੋ ਗਿਆ। ਠੰਡਾ ਕਬੂਤਰ ਤੇ ਨਹੀਂ ਉੱਡਦਾ ਜ਼ਿਆਦਾ, ਠੀਕ ਹੋ ਗਿਆ। ਗਰਮ ਚੀਜ਼ ਕੋਈ ਵੀ ਜਿਹੜੀ ਆ ਨੋਰਮਲ ਜੀ ਹੋਣੀ ਚਾਹੀਦੀ ਹੈ। ਕਿਸੇ ਚੀਜ਼ ਦਾ ਵੀ ਕੋਈ ਦੋਸਤ ਹੈ ਬਾਤ ਤੁਹਾਨੂੰ ਦੱਸਦਾ ਜੀ, ਤੇ ਸ਼ੀਸ਼ੇ ਦੇ ਗਲਾਸ ਦੇ ਵਿੱਚ ਲੈ ਕੇ ਤੇ ਉਸ ਪਾਣੀ ਦਾ ਥੋੜਾ ਜਿਹਾ ਕਰਲ ਬਦਲ ਲਵੋ, ਠੀਕ ਹੋ ਗਿਆ। ਠੰਡੇ ਪਾਣੀ ਦੀ ਵੀ ਇਹੀ ਰੂਟੀਨ ਹੋਣੀ ਚਾਹੀਦੀ ਹੈ, ਜਿਹੜਾ ਗਰਮ ਆ ਉਹਦੀ ਤੇ ਖਾਸ ਤੌਰ ਤੇ ਇਹੀ ਹੋਣੀ ਚਾਹੀਦੀ ਹੈ। ਅੱਛਾ, ਤੇ ਕਲਰ ਸਿਰਫ ਬਦਲਣਾ ਚਾਹੀਦਾ ਪਾਣੀ ਦਾ। ਅੱਛਾ, ਜ਼ਿਆਦਾ ਡਾਰਕ ਕਲਰ ਨਹੀਂ ਹੋਣਾ ਚਾਹੀਦਾ ਤੇ ਠੀਕ ਹੈ। ਕਬੂਤਰਬਾਜ਼ੀ ਤੇ ਅਸੀਂ ਉਸਤਾਦ ਨੂੰ ਲੋਕਾਂ ਨੇ ਦੱਸ ਦਿੱਤੀ, ਅਸੀਂ ਐਡੇ ਰੈਗੂਲਰ ਕਬੂਤਰਬਾਜ਼ੀ ਕਰਦੇ ਨਹੀਂ, ਜੋੜਿਆਂ ਦਾ ਸ਼ੌਕ ਹੈ ਸਾਨੂੰ। ਕੀ ਕਹਿੰਦੇ ਜੀ, ਜੋੜੇ ਜੋੜੇ ਰੱਖਦੇ ਹਾਂ, ਜੋੜਿਆਂ ਜੋੜਿਆਂ ਦਾ ਸ਼ੌਕੀਨ ਹਾਂ ਅਸੀਂ। ਨਹੀਂ ਜਿਹੜੀ ਪਹਿਲੇ ਕਬੂਤਰਬਾਜ਼ੀ ਕੀਤੀ ਉਹ ਦੱਸੋ। ਕਬੂਤਰਬਾਜ਼ੀ ਕਰਦੇ ਨੇ ਹੁਣ, ਉਹਨਾਂ ਚੀਜ਼ਾਂ ਨੂੰ ਮੰਨਦਾ ਕੋਈ ਨਹੀਂ ਜੀ। ਹੁਣ ਤੇ ਜਦੀਦ ਕਬੂਤਰਬਾਜ਼ੀ ਆ ਗਈ, ਨਾਲ ਹੀ ਦੱਸੋ ਨਾ, ਇਹ ਨਹੀਂ ਮੈਂ ਬੋਲਣਾ ਪੈ ਗਿਆ ਮੈਨੂੰ ਰਾਣਾ ਸਾਹਿਬ ਦੀ ਵਜ੍ਹਾ ਨਾਲ, ਸ਼ਰੀਫ ਆਦਮੀ ਨੇ ਮੇਰੇ ਨਾਲ ਤੇ ਰਹਿਣਾ ਜੁੜਾ। ਤੁਸੀਂ ਗਰਮ ਪਾਣੀ ਦੱਸੋ ਜਾਂ ਮੈਂ ਦੱਸ ਦਿਆਂ ਕਿ ਜੋ ਤੁਸੀਂ ਤੁਹਾਡੇ ਕੋਈ ਸਿੱਖਿਆ ਹੈ ਤੇ ਮੈਂ ਫਿਰ ਦੱਸ ਦਿਆਂਗਾ, ਤੇ ਵੱਖਰੀ ਗੱਲ ਹੈ। ਦੱਸੋ ਪਾਣੀ ਤੁਸੀਂ ਦੱਸ ਦਿਓ, ਨਹੀਂ ਤੁਸੀਂ ਦੱਸੋ, ਮੈਨੂੰ ਤੇ 10 ਪਾਣੀਆਂ ਦਾ ਪਤਾ ਤੇ ਤੁਹਾਨੂੰ ਮੈਂ ਤੁਹਾਡੇ ਕੋਈ ਸਿੱਖਿਆ ਹੈ ਤੇ ਤੁਸੀਂ ਦੱਸੋ ਉਹਨਾਂ ਨੂੰ। ਤੁਹਾਨੂੰ 50 ਦਾ ਪਤਾ, ਖੁੱਲ੍ਹ ਕੇ ਦੱਸੋ ਮਹਾਰਾਜ ਸਾਹਿਬ। ਮੈਨੂੰ ਇੱਕ ਅੱਧਾ ਦੱਸ ਦਿਓ, ਇੱਕ ਅੱਧਾ ਦੱਸ ਦਿਓ ਕੋਈ ਛੋਟਾ ਮੋਟਾ। ਦੱਸਣਾ ਤੇ ਆਈ ਹੈ ਨਾ, ਹੁਣ ਤੁਸੀਂ ਸਾਡੇ ਹੀ ਮਹਿਫਲ 'ਚ ਆਏ ਹੋ ਤੇ ਨਾਲੇ ਇਹ ਦਰਬਾਰੀ ਜਗ੍ਹਾ ਤੇ ਆਏ ਹੋ ਸ਼ਾਹ ਸਾਹਿਬ ਦੀ, ਤੁਹਾਨੂੰ ਪਤਾ ਹੀ ਫਿਰ ਇੱਥੇ ਕੁਛ ਨਾ ਕੋਈ ਤਾਂ ਦੱਸ। ਗਰਮ ਪਾਣੀ ਤੇ ਆਈ ਗਾ, ਜੇ ਕੋਈ ਥੋੜੀ ਜਿਹੀ ਜਵੈਣ ਲੈ ਲਓ, ਇੱਕ ਕੱਪ ਪਾਣੀ ਦਾ ਉਬਲਣ ਵਾਸਤੇ ਰੱਖ ਦਿਓ, ਠੀਕ ਹੋ ਗਿਆ। ਉਹਦੇ ਥੋੜੀ ਜਿਹੀ ਚੁਟਕੀ ਜਵੈਣ ਸੁੱਟ ਦਿਓ, ਠੀਕ ਹੋ ਗਿਆ। ਤੇ ਦੋ ਦਾਣੇ ਸੌਂਫ ਦੇ ਸੁੱਟ ਦਿਓ, ਠੀਕ ਹੋ ਗਿਆ। ਠੀਕ ਹੈ ਜੀ, ਠੀਕ ਹੈ। ਇਸ ਲਈ ਉਬਲਣ ਲੱਗ ਪਵੇ ਤੇ ਅੱਗ ਬੰਦ ਕਰਕੇ ਉੱਤੇ ਢੱਕਣ ਦੇ ਦਿਓ, ਠੀਕ ਹੋ। ਜਿਸ ਲਈ ਪਾਣੀ ਠੰਡਾ ਹੋ ਜਾਵੇ ਉਹਦੇ 'ਚ 2 ਸੀਸੀ ਇਸਤੇਮਾਲ ਕਰ ਲਓ, ਫੀ ਕਬੂਤਰ ਨੂੰ, ਫੀ ਕਬੂਤਰ ਨੂੰ। ਬਾਕੀ ਸਾਦਾ ਰਲ ਲਓ, ਅੱਛਾ। ਕੋਈ ਦਾਣੇ ਤੋਂ ਕੋਈ 2 ਘੰਟੇ ਬਾਅਦ, ਕੋਈ ਘੰਟਾ ਬਾਅਦ ਦਾਣਾ ਪਾਉਣ ਤੋਂ ਬਾਅਦ ਜਵੈਣ ਤੇ ਸੌਂਫ ਸਿਰਫ ਪਾਣੀ ਜੀ, ਬਸ ਜਿਸ ਲਈ ਉਹ ਅਗਰ ਪਾਣਾ ਦੇ ਵਿੱਚ ਛੁਹਾਰਾ ਵੀ ਐਡ, ਉਸ ਤਰ੍ਹਾਂ ਦੇ ਫਿਰ ਮਗਾਂ ਵੀ ਨੇ, ਪੁਰਾਣੀ ਚੀਜ਼ਾਂ ਵੀ ਨੇ। ਇਹਨਾਂ ਦਾ ਨਫਾ ਤਾਂ ਨਫਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ। ਦੇਸੀ ਚੀਜ਼ਾਂ ਦਾ ਨਾ, ਅੱਜ ਦੇਸੀ ਚੀਜ਼ਾਂ ਦਾ, ਠੀਕ ਹੋ ਗਿਆ। ਠੀਕ ਹੈ ਜੀ, ਠੰਡੀ ਚੀਜ਼ ਦੇ ਅਸੀਂ ਖਿਲਾਫ ਹੈ, ਕੀ ਕਹਿੰਦੇ ਜੀ? ਟੋਟਲ ਖਿਲਾਫ ਹੋ? ਹਾਂਜੀ, ਟੋਟਲ ਖਿਲਾਫ ਹੈ। ਠੰਡੀ ਚੀਜ਼, ਠੰਡੀ ਚੀਜ਼ ਜਿਵੇਂ ਹੁਣ ਗਰਮੀ ਪੈ ਗਈ, ਜੇਠ ਹਾੜ ਦੇ ਵਿੱਚ ਗਰਮੀ 47-48 ਨੰਜਾ ਪੈ ਗਈ, ਹਾਂਜੀ, ਉਦੋਂ ਕੀ ਕਰਦੇ ਤੁਸੀਂ? ਉਦੋਂ ਵੀ ਠੰਡਾ, ਉਦੋਂ ਇਹ ਮੋਤਦਿਲ ਚੀਜ਼ਾਂ, ਮੋਤਦਿਲ ਚੀਜ਼ਾਂ ਕੋਈ ਮਰੱਬਾ ਜਾਤ ਨੇ, ਕੀ ਕਹਿੰਦੇ ਜੀ? ਉਹ ਥੋੜਾ ਜਿਹਾ ਇੱਕ ਖਾਸ ਲਿਮਿਟ ਦੇ ਵੀ ਲੈ ਕੇ ਖੁਰਾਕ 'ਚ ਕੁੱਟ ਕੇ ਦੇ ਦਿਓ। ਉਹ ਕੀ ਮਰੱਬਾ ਜਾਤ ਕੀ ਕਰੋ? ਗਾਜਰ ਦਾ ਮਰੱਬਾ, ਔਲੇ ਦਾ ਮਰੱਬਾ ਜੇ, ਕੀ ਕਹਿੰਦੇ ਜੀ? ਇਹ ਬਿਹਤਰੀਨ ਚੀਜ਼ਾਂ ਨੇ, ਇਹ ਇਸਤੇਮਾਲ ਕਰ ਲਓ, ਇਹਨਾਂ ਨੂੰ ਅੱਛੀ ਤਰ੍ਹਾਂ ਧੋ ਧੋ ਕੇ, ਅੱਛਾ ਧੋ ਕੇ ਸ਼ੀਰਾ ਕੱਢ ਕੇ, ਸ਼ੀਰਾ ਕੱਢ ਕੇ ਖੁਰਾਕ ਦੇ ਵਿੱਚ ਸ਼ਾਮਿਲ ਕਰ ਲਓ, ਠੀਕ ਹੋ ਗਿਆ, ਬਿਹਤਰੀਨ ਹੈ। ਅੱਛਾ, ਜਦੋਂ ਸ਼ੀਰਾ ਕੱਢ ਦਿੰਦੇ ਹੋ ਉਹਨੂੰ ਕਿਹੜੇ ਵੇਲੇ ਦੇਣਾ? ਕਬੂਤਰ ਪਰਿਵਾਰ ਜਦੋਂ ਕਰ ਕੇ ਆਏ ਉਦੋਂ ਜਾਂ ਬਾਅਦ 'ਚ ਦੂਸਰੇ? ਨਹੀਂ, ਸੁਬਹਾ ਨਾਗੇ ਵਾਲੇ ਦਿਨ ਖੁਰਾਕ ਦੇ ਵਿੱਚ ਦੇਣਾ। ਕਬੂਤਰ ਨੂੰ ਉੱਡ ਕੇ ਆਏ ਨੂੰ ਵੀ ਗਰਮ ਚੀਜ਼ ਨਾਲ ਹੀ ਸੰਭਾਲਣਾ ਚਾਹੀਦਾ। ਅੱਛਾ, ਹਾਂਜੀ, ਗਰਮ ਚੀਜ਼ ਦੇ ਨਾਲ ਹੀ, ਗਰਮ ਚੀਜ਼, ਹਾਂਜੀ। ਅਸੀਂ ਤੇ ਜਾਂ ਕਬੂਤਰ ਸੰਭਾਲਨੇ ਆ ਖਮੀਰੇ ਆਪਰੇਸ਼ਨ ਦੇ ਨਾਲ, ਅੱਛਾ, ਤੇ ਜਾਂ ਦਵਾਲ ਮਿਕਸ ਨਾਲ ਸੰਭਾਲਨੇ। ਅੱਛਾ, ਦਵਾਲ ਮਿਕਸ ਕਿੰਨੀ ਕੁ ਦਿੰਦੇ ਹੋ ਫੀਡ ਕਬੂਤਰ ਨੂੰ? ਜਿਵੇਂ ਆਇਆ ਜਿੰਨਾ ਕਾਲੀ ਮਿਰਚ ਦਾ ਦਾਣਾ ਹੁੰਦਾ ਸਿਰਫ ਇੰਨਾ ਕੁ ਦੇ? ਹਾਂਜੀ, ਰਜਮਾ ਪਾਣੀ ਦੇਣ ਤੋਂ ਪਹਿਲੇ ਦਵਾਲ ਮਿਕਸ, ਠੀਕ ਹੋ, ਆਪਣੀ ਬਣਾਈ ਹੁੰਦੀ ਹੈ, ਠੀਕ ਹੋ, ਬਾਜ਼ਾਰੋਂ ਬਣੀ ਲੈ ਕੇ ਕੋਈ ਚੀਜ਼ਾਂ ਆਪਣੀਆਂ ਖਾਸ ਕੋਸਟਲੀ ਚੀਜ਼ਾਂ ਮਿਕਸ ਕਰ ਲਈਦੀਆਂ ਵਿੱਚ ਰਗੜ ਕੇ। ਅੱਛਾ, ਹਾਂਜੀ, ਜਾਂ ਨਾ ਹੋਵੇ ਤਾਂ ਖਮੀਰਾ ਆਪਰੇਸ਼ਨ ਦੇ ਲਈਦਾ ਕਰਛੀ ਵਾਲਾ, ਅੱਛਾ, ਉਹਦੇ ਨਾਲ ਸੰਭਾਲ ਲਈਦਾ ਉਹਦਾ ਸ਼ੀਰਾ ਕੱਢ ਕੇ। ਅੱਛਾ, ਹਾਂਜੀ, ਠੀਕ ਹੈ। ਜਿਵੇਂ ਚਨੇ ਦਾ ਦਾਣਾ ਜ਼ਿਆਦਾ ਹੋ ਜਾਏਗਾ, ਕਾਲੀ ਮਿਰਚ ਜਿਵੇਂ, ਜੀ ਬਿਲਕੁਲ, ਤੇ ਜਿਵੇਂ ਪਾਣੀ ਪਹਿਲੇ ਦੇ ਦਿੰਦੇ ਹੋ ਸਾਦਾ, ਉਹਨੂੰ ਪੂਰਾ ਕਰ ਲੈਂਦੇ ਹੋ? ਨਹੀਂ ਨਹੀਂ, ਪਹਿਲੇ 9 ਕਿਲੋ ਆ ਲਈ ਦੀ ਹਲਕੀ, ਅੱਛਾ, ਰਜਮਾ ਪਾਣੀ ਦੇਣ ਤੋਂ ਪਹਿਲੇ ਥੋੜ੍ਹਾ ਜਿਹਾ ਦੇ ਕੇ ਅੱਗੋਂ ਰਜਮਾ ਪਾਣੀ ਦੇ ਦਿਓ, ਜਾਂ ਦੇ ਕੇ ਬੰਦ ਕਰ ਦਿਓ, 20-25 ਮਿੰਟ ਬਾਅਦ ਕੱਢੋਗੇ ਪਾਣੀ ਪੂਣੀ ਹਜ਼ਮ ਹੋਇਆ ਹੋਏਗਾ, ਕਬੂਤਰ ਖਾਣ ਨੂੰ ਲੱਗੇਗਾ। ਅੱਛਾ, ਹਾਂਜੀ, ਠੀਕ ਠੀਕ ਠੀਕ। ਉਸ ਤਰ੍ਹਾਂ ਦੇ ਅੱਜ ਕੱਲ੍ਹ ਬਹੁਤ ਜਿੱਦਤ ਆ ਗਈ, ਲੋਕ ਬਾਹਰੋਂ ਦਵਾਈਆਂ ਆ ਰਹੀਆਂ ਨੇ ਉਹ ਇਸਤੇਮਾਲ ਕਰ ਰਹੀਆਂ, ਲੇਕਿਨ ਅਸੀਂ ਜ਼ਿਆਦਾ ਦੇਸੀ ਚੀਜ਼ਾਂ ਇਸਤੇਮਾਲ ਕਰੀ ਦੀਆਂ, ਅਸੀਂ ਜੋ ਦੋਸਤਾਂ ਕੋਲੋਂ ਬਜ਼ੁਰਗਾਂ ਕੋਲੋਂ ਸਿੱਖੀਆਂ ਨੇ। ਮੈਡੀਸਨ ਰਾਤ ਨੂੰ ਦੇ ਦਿੰਦੇ ਹਾਂ, ਦੇਣੀ ਹੋਵੇ ਤਾਂ। ਮੈਡੀਸਨ 'ਚ ਕੀ ਦਿੰਦੇ?
ਮੈਡੀਸਨ ਦੇ ਵਿੱਚ ਜਾਂ ਮੋਟੀਵਾਲ ਦੇ ਦੀ ਆ ਜਾਂ ਮਾਡਰਨ ਇਸਤੇਮਾਲ ਕਰ ਲਈ ਦੀ ਆ ਉਹਦੀ ਕੋਈ ਥੋੜੀ ਜਿਹੀ ਮਕਦਾਰ ਦੱਸੋ ਦੇਖੋ ਜੀ ਉਹ ਮੋਟੀਵਾਲ ਹੋਵੇ ਤਾਂ ਕੋਈ 14 ਕਬੂਤਰਾਂ ਦੇਣੀ ਚਾਹੀਦੀ ਹੈ ਇੱਕ ਗੋਲੀ ਇੱਕ ਗੋਲੀ ਅਤੇ ਗਰਮੀ ਪਵੇ ਤਾਂ ਐਵਰੇਜ ਵਧਾ ਦੇਈ ਦੀ ਹੈ ਮੌਸਮ ਠੰਡਾ ਹੋਵੇ ਤਾਂ ਮੈਡੀਸਨ ਵਧਾ ਦੇਈ ਦੀ ਹੈ ਗਰਮੀ ਵਧੇ ਤਾਂ ਮੈਡੀਸਨ ਘਟਾ ਦੇਈ ਦੀ ਜਿੰਨੀ ਥੋੜ੍ਹੀ ਦਾਂਗੇ ਉਨੀ ਉਨਾ ਫਾਇਦਾ ਮੈਡੀਸਨ ਤੋਂ ਬਗੈਰ ਅੱਜ ਕੱਲ੍ਹ ਕਬੂਤਰਬਾਜ਼ੀ ਹੈ ਨਹੀਂ ਅੱਛਾ ਹਾਂਜੀ ਹਾਂਜੀ ਗੋਲੀ ਦੀ ਮਕਦਾਰ ਪਾਣੀ ਦੀ ਵੀ ਦੱਸ ਦਿਓ ਪਾਣੀ ਦੀ ਉਹ ਦੱਸਣੀ ਹਾਂਜੀ ਹਾਂਜੀ ਗੋਲੀ ਇੱਕ ਹੋ ਗਈ ਹਾਂਜੀ ਕਬੂਤਰਾਂ ਸੱਤਾਂ ਕਬੂਤਰਾਂ ਵਾਸਤੇ ਜੀ ਸੱਤਾਂ ਕਬੂਤਰਾਂ ਵਾਸਤੇ ਨਹੀਂ ਸੱਤ ਕਬੂਤਰਾਂ ਵਾਸਤੇ ਗੋਲੀ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਉਹ ਬਿਲਕੁਲ ਨਾ ਉੱਡਣ ਵਾਲੇ ਹੁਣ ਤਾਂ ਫਿਰ ਸੱਤ ਕਬੂਤਰਾਂ ਦਿੱਤੀ ਜਾ ਸਕਦੀ ਅੱਧੀ ਗੋਲੀ ਲਾ ਲਓ ਅੱਧੀ ਗੋਲੀ ਸੱਤ ਕਬੂਤਰਾਂ ਨੂੰ ਬਿਹਤਰੀਨ ਨਾਲ ਹੋਰ ਵੀ ਕੋਈ ਇਸਤੇਮਾਲ ਕਰਨੀ ਜਾਂ ਖਾਲੀ ਉਹਦੇ ਨਾਲ ਡੈਕਸਾ ਕਰ ਲਓ ਡੈਲਟਾ ਕਾਰਟ੍ਰਿਲ ਕਰ ਲਓ ਇੱਕ ਗੋਲੀ ਉਹ ਆਈਕੋ ਪਾ ਲਓ ਬਸ ਅੱਧੀ ਗੋਲੀ ਹੈ ਨਹੀਂ ਨਹੀਂ ਅੱਧੀ ਗੋਲੀ ਹੈ ਤੇ ਇੱਕੋ 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 ਉਹ ਡੇਢ ਗੋਲੀ ਹੋ ਗਈ ਹਾਂਜੀ ਡੇਢ ਗੋਲੀ ਹੋ ਗਈ ਡੇਢ ਗੋਲੀ ਹੋ ਗਈ ਇਹ 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 ਪਾਣੀ ਕਿੰਨਾ ਪਾਣੀ ਦੇ ਵਿੱਚ 40 ਸੀਸੀ ਇਸਤੇਮਾਲ ਕਰ ਲਓ ਦੁੱਧ 'ਚ ਇਸਤੇਮਾਲ ਕਰਨੀ ਹੈ ਤਾਂ 35 ਸੀਸੀ ਦੁੱਧ ਇਸਤੇਮਾਲ ਕਰ ਲਓ 35 ਸੀਸੀ ਹਾਂਜੀ ਨਾਲ ਮੈਥਿਕ ਬਾਲ ਦੀ ਗੋਲੀ ਪਾ ਲਓ ਇੱਕ ਪਾ ਲਓ ਦੋ ਪਾ ਲਓ ਉਹਦਾ ਸਾਈਡ ਇਫੈਕਟ ਹੋ ਜਾਣਾ ਮੈਥਿਕ ਬਾਲ ਹਾਂਜੀ ਇਹਦੇ 'ਚ B12 ਹੁੰਦਾ B12 ਤੋਂ ਅੱਛੀ ਕੋਈ ਚੀਜ਼ ਨਹੀਂ ਕਬੂਤਰ ਨੂੰ ਮਾਦੀ ਅੰਡਿਆਂ ਤੋਂ ਬੰਦ ਹੋਵੇ ਨਰ ਬੁੱਤੋ ਰਿਹਾ ਹੋਵੇ ਕਬੂਤਰ ਸੰਭਾਲਣਾ ਹੋਵੇ ਕਬੂਤਰ ਥੱਕਿਆ ਹੋਵੇ ਮੈਥਿਕ ਬਾਲ ਤੋਂ ਅੱਛੀ ਗੋਲੀ ਕੋਈ ਨਹੀਂ ਅਤੇ B12 ਤੋਂ ਅੱਛਾ ਵਿਟਾਮਿਨ ਕੋਈ ਨਹੀਂ ਅੱਛਾ ਹਾਂਜੀ ਪਰਿੰਦੇ ਹੋਣ ਘੋੜੇ ਹੋਣ ਕੋਈ ਚੀਜ਼ ਹੋਵੇ ਅੱਛਾ ਹਾਂਜੀ ਅੱਛਾ B12 B12 ਉਹ ਤੁਸੀਂ ਗੋਲੀ ਲੈ ਲਓ ਇੰਜੈਕਸ਼ਨ ਲੈ ਲਓ ਕੋਈ ਚੀਜ਼ ਲੈ ਲਓ B12 ਅੱਛਾ ਹਾਂਜੀ ਇਹ ਤੋਂ ਅੱਛਾ ਵਿਟਾਮਿਨ ਕੋਈ ਨਹੀਂ ਹੈ ਉਹਦੇ ਦੇਣ ਦਾ ਕੀ ਪ੍ਰੋਸੀਜਰ ਹੈ ਗੋਲੀ ਲੈ ਲਓ ਮੈਥਿਕ ਬਾਲ ਬੈਸਟ ਹੀ ਹੈ ਇਹਦਾ ਸਾਲਟ B12 ਵੀ ਹੈ ਜ਼ਿਆਦਾ ਅੱਛਾ ਹਾਂਜੀ ਉਹ ਵੀ ਇਹਨਾਂ ਡੇਢ ਗੋਲੀ ਜੋ ਇੱਕ ਮਿਲਾ ਦਿਓ ਹਾਂ ਜਿਹਨਾਂ ਕੋਲ ਬਾਹਰੋਂ ਚੀਜ਼ਾਂ ਮਲਟੀ ਵਿਟਾਮਿਨ ਨਹੀਂ ਗਏ ਕਬੂਤਰ ਸੰਭਾਲਣ ਵਾਲੇ ਉਹ B12 ਆਪਣਾ ਮੈਥਿਕ ਬਾਲ ਤੋਂ ਅੱਛੀ ਗੋਲੀ ਪਾਕਿਸਤਾਨੀ ਕੋਈ ਨਹੀਂ ਹੈ ਬਹੁਤ ਸਾਰੇ ਲੋਕ ਸੈਂਟਰਮ ਵੀ ਇਸਤੇਮਾਲ ਕਰਦੇ ਨੇ ਫਲਾਣ ਵੀ ਕਰਦੇ ਨੇ ਲੇਕਿਨ ਸਾਡੇ ਲੋਕਲ ਪ੍ਰੋਡਕਟ 'ਚ ਚੀਜ਼ ਉਹ ਜਿਹੜੀ ਆਸਾਨੀ ਨਾਲ ਮਿਲ ਜਾਵੇ ਜਿਹੜੀ ਕੰਮ ਦੇਵੇ ਹਾਂਜੀ ਉਹ ਕਈ ਦੋਸਤ ਹੈ ਭਾਵ ਕਬੂਤਰ ਬਾਅਦ ਐਸੇ ਹੈਗੇ ਉਹ 12-13 ਹਜ਼ਾਰ ਦਾ ਡੱਬਾ ਨਹੀਂ ਲਿਆ ਸਕਦੇ ਜਿਹੜਾ ਇਲੈਕਟ੍ਰੋਲਾਈਟ ਨੇ ਠੀਕ ਹੈ ਕਿ ਨਹੀਂ ਉਹ ਮੈਥਿਕ ਬਾਲ ਯੂਜ਼ ਕਰ ਲਵੇ ਨਾਲ ਹੈ ORS ਦਾ ਪੈਕਟ ਯੂਜ਼ ਕਰ ਲਵੇ ਥੋੜ੍ਹਾ ਜਿਹਾ ਪਾਣੀ ਬਣਾ ਲਵੇ ਕਬੂਤਰ ਹਲਕੇ ਉੱਡਣ ਵਾਲੇ ਹੈਗੇ ਨੇ ਤੇ ਉਹ ਦੁੱਧ ਦੇ ਵਿੱਚ ਬਣਾ ਲਓ ਜੇ ਕਬੂਤਰ ਤੁਹਾਡੇ ਅੱਛੇ ਹੈਗੇ ਨੇ ਤੇ ਫਿਰ ਪਾਣੀ ਚ ਬਣਾ ਲਓ ਪਾਣੀ 40 ਸੀਸੀ ਪਾ ਲਓ ਦੇਣਾ 2 ਸੀਸੀ ਬੜਾ ਹੈਗਾ ਅੱਛਾ ਕਬੂਤਰ ਹੈ ਤੇ 1 ਸੀਸੀ ਦੇ ਦਿਓ ਰਾਤ ਨੂੰ 10 ਵਜੇ ਹਾਂਜੀ ਕਬੂਤਰ ਜਿਹੜਾ ਨਾ ਤੇ ਜ਼ਿਆਦਾ ਗਰਮ ਉੱਡਦਾ ਨਾ ਜ਼ਿਆਦਾ ਠੰਡਾ ਉੱਡਦਾ ਜੀ ਕਬੂਤਰ ਨੋਰਮਲ ਹੀ ਉੱਡਦਾ ਕਬੂਤਰ ਮਰਦੇ ਵੀ ਉਸਲੇ ਨੇ ਜਿਲੇ ਜ਼ਿਆਦਾ ਰੱਜ ਕੇ ਦਾਣਾ ਪੈਂਦਾ ਜ਼ਿਆਦਾ ਦਾਣਾ ਪੈਂਦਾ ਜੀ ਕੀ ਕਹਿੰਦੇ ਜੀ ਤੇ ਜਿਹੜੇ ਨੋਰਮਲ ਰੱਖੀਦੇ ਨੇ ਨਾ ਬਿਮਾਰ ਹੁੰਦੇ ਨੇ ਤੇ ਸਰਦੀਆਂ ਦੇ ਵੀ ਜ਼ਿਆਦਾ ਢੱਕਣੇ ਨਹੀਂ ਚਾਹੀਦੇ ਨੋਰਮਲ ਰੱਖਣੇ ਚਾਹੀਦੇ ਨੇ ਇਹ ਦਰਬਾਰਾਂ ਦੇ ਕਬੂਤਰ ਸਹੀ ਸਹੀ ਰਾਤ ਉਸ ਤਰ੍ਹਾਂ ਹੀ ਬੈਠੇ ਰਹਿੰਦੇ ਨੇ ਸੰਗੇ ਮਰਮਰ ਦੇ ਉੱਤੇ ਪੱਥਰ ਦੇ ਉੱਤੇ ਉਹਨਾਂ ਨੂੰ ਕੁਛ ਨਹੀਂ ਹੁੰਦਾ ਕੀ ਕਹਿੰਦੇ ਜੀ ਸਵੇਰੇ ਠਾਪਾ ਹੀ ਮਾਰਦੇ ਹੁੰਦੇ ਨੇ ਹਾਂਜੀ ਇਸ ਤਰ੍ਹਾਂ ਹੀ ਰੱਖਣੇ ਚਾਹੀਦੇ ਠੀਕ ਹੈ ਜੀ ਅਤੇ ਲਓ ਜੀ ਦੋਸਤੋ ਇਹ ਬੜੀ ਵੱਡੀ ਟਿਪ ਹੈ ਕਿ ਜਿਹੜੇ ਨਵੇਂ ਦੋਸਤ ਨੇ ਕਬੂਤਰਬਾਜ਼ੀ ਸਿੱਖ ਰਹੇ ਨੇ ਉਹਨਾਂ ਵਾਸਤੇ ਬਹੁਤ ਅੱਛਾ ਇਹ ਸਮਝੋ ਇੱਕ ਨੁਸਖਾ ਜਾਤ ਹੈ ਔਰ ਇਹ ਸਸਤਾ ਵੀ ਹੈ ਜੀ ਜੀ ਬਿਲਕੁਲ ਮਿਆਰੀ ਵੀ ਹੈ ਜੀ ਬਿਲਕੁਲ ਮਿਆਰੀ ਹੈ ਖਵਾਜਾ ਸਾਹਿਬ ਮਿਆਰੀ ਵੀ ਹੈ ਮਿਆਰੀ ਵੀ ਹੈ ਸਰ ਮਿਆਰੀ ਵੀ ਹੈ ਕਿਉਂਕਿ ਤੁਸੀਂ ਤਾਂ ਕਰਕੇ ਦੇਖੇ ਆ ਨਾ ਹਾਂਜੀ ਡਾਏ ਕਬੂਤਰ ਪਰਫੋਰਮੈਂਸ ਲਈ ਇਹਨਾਂ ਦੀ ਇਸ ਚੀਜ਼ਾਂ ਦੇ ਕਬੂਤਰ ਡਾਏ ਨੇ ਸਾਰਾ ਕੁਝ ਦੇਖਿਆ ਤੁਸੀਂ ਹਰ ਚੀਜ਼ ਦੇਖੀ ਹਾਂਜੀ ਤੇ ਉਹ ਹੀ ਦੱਸਣਾ ਚਾਹੀਦਾ ਜਿਹੜਾ ਕੀਤਾ ਹੋਏ ਹਾਂਜੀ ਤੇ ਅੱਜ ਕੱਲ੍ਹ ਤਾਂ ਸਾਡੇ ਉਹ ਜਿਹੜਾ ਦੌਰ ਜਾ ਰਿਹਾ ਜਿੰਨੇ ਵੀ ਉਸਤਾਦ ਲੋਕ ਨੇ ਉਸਤਾਦੀਆਂ ਦੇ ਪੈਸਿਆਂ ਨਾਲ ਮਿਲਦੀਆਂ ਪਈਆਂ ਪੁਰਾਣੇ ਵਕਤਾਂ 'ਚ ਹੁੰਦਾ ਸੀ ਕੋਈ ਸ਼ਾਗਿਰਦ ਕੁਛ ਕਰਕੇ ਦਿਖਾਉਂਦਾ ਸੀ ਅਤੇ ਉਹਨੂੰ ਉਸਤਾਦੀ ਵੀ ਪਾ ਕੇ ਦਿੰਦੇ ਸੀ ਹੁਣ ਇੱਧਰੋਂ ਸ਼ਾਗਿਰਦ ਹੁੰਦਾ ਉਦੋਂ ਉਸੇ ਵੇਲੇ ਉਸਤਾਦ ਬਣਾ ਦਿੰਦੇ ਨੇ ਅਤੇ ਉਹ ਗਲੀ ਗਲੀ ਮੱਲੇ ਮੱਲੇ ਉਸਤਾਦ ਨੇ ਕੀ ਕਹਿੰਦੇ ਜੀ ਅਤੇ ਇਹਦੀ ਕੋਈ ਕਿਤਾਬ ਤਾਂ ਹੈ ਕੋਈ ਨਹੀਂ ਜਿਹੜੀ ਕਿਸੇ ਨੇ ਪੜ੍ਹੀ ਹੈ ਜਿਹੜੇ ਉਹ 4 ਲਫ਼ਜ਼ ਪੜ੍ਹਾ ਦੇਵੇ ਇਹਦੇ ਤੁਹਾਡੀ ਆਪਣੀ ਹੋਵੇ ਆਪਣੀ ਜਿੱਦਾਂ ਤਾਂ ਅੰਦਰ ਸ਼ੌਕ ਗੱਲ ਲੱਗਾ ਨਹੀਂ ਗੀ ਹਾਂਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਹਾਂਜੀ ਇਸ ਤਰ੍ਹਾਂ ਹੀ ਲੇਕਿਨ ਇਸ ਦੌਰ ਦੇ ਵਿੱਚ ਕਬੂਤਰਬਾਜ਼ੀ ਤੁਸੀਂ ਐਡੀ ਕੁ ਐਡਵਾਂਸ ਹੋ ਗਈ ਹੈ ਕਿ ਹੁਣ ਦੋਸਤ ਅਹਿਬਾਬ ਦੱਸ ਦਿੰਦੇ ਨੇ ਕਬੂਤਰਬਾਜ਼ੀ ਪੁਰਾਣੇ ਉਸਤਾਦ 'ਤੇ ਦੱਸਦੇ ਨਹੀਂ ਸੀ ਉਹਨੂੰ ਦੱਸਦੇ ਸੀ ਜਿਹੜਾ ਬਹੁਤ ਜ਼ਿਆਦਾ ਖਿਦਮਤ ਕਰਦਾ ਸੀ ਹਾਂਜੀ ਤੁਸੀਂ
देखो जी मेडिसन उत्थे कबूतर नूं लै जांदी जिथे आम कबूतर नहीं ले जा सकदा। अच्छा, एक बंदा लख रुपए का जोड़ा लिया के बच्चा उड़ा रहा 5 बजे तक, तो एक बंदा मेडिसन नाल कबूतर उड़ा रहा, उदा भी उन्ना ही उड़ रहा। मेडिसन ने एडी जिद्दत पैदा कर दी कबूतर। मैं तो तकरीबन मेडिसन इस्तेमाल कर दे 25 कु साल हो गए। जी बिल्कुल बिल्कुल, मज़ा आया जी। ख्वाजा साहब ने माशाल्लाह सारी गल्लां दसियां और बहुत लुत्फ आया और वाकई मज़ा आ गया। बाकी उत्ते जाएगा बिल्कुल सही। रेगुलर जो परिंदे दिखाता ना वो हाथ होर रहा, उन्होंने कभी अपना एक जो कोई चला गया दिखाना, इन्होंने रोजाना तकरीबन बिल्कुल सही बिल्कुल सही, हर बंदे नूं नहीं आंदा बिल्कुल बिल्कुल अच्छा। शाह साहब तुसीं उड़ान का शौक भी किया है कि नहीं? उड़ान का नहीं, उड़ान दोस्तों के नाल, मतलब दोस्तों की शुरू दिन तो ही, मतलब हाँ जी ब्रीडिंग शौक रहा था। हाँ जी ब्रीडिंग का शौक है, लेकिन दोस्तों की छत्ता बच्चे जिते भेजे उ फिर इस हद तक नहीं। नहीं वो छत नहीं उड़ाता रहा, इतने टेस्ट मैं करता रहा अपनी छत। हाँ जी टेस्टिंग तो मैं हमेशा ही करता रहा शुरू होता। हाँ जी उस तरह भाई खालिद ने फैसलाबाद मेरे दोस्त उत्थे भी करते रहे। हाँ पता लग जाता के अच्छा है के, मतलब इतना क्लियर हो जाता है। बिल्कुल मीडिया की वजह बहुत ज़्यादा हो गई जी। हाँ जी मीडिया सीख सकता। हाँ जी मीडिया के उत्ते हाँ कोई उस्ताद की जरूरत नहीं, इतनी खास इतनी रह गई नहीं पता लग सकता। तो धुंध पै जी कोई तरीका है जी तो दसो अपनो ना माइक ना धुंध पै जी कबूतर बाजगा धुंध पै जी ना कई लोग ठीक कर लेंगे नहीं ठीक है ना, हर बंदे नहीं पता वो कोई शेर भी नहीं करता जल्दी। अगर कोई तुम मेहरबान हो नहीं दसो थ्रू लो जी इन्होंने लो दसो बड़ी बड़ी वैल्यू यदि अहमियत है बड़ी अहमियत है दसो कौन करो बोलो ठीक करना। देखो जी एक तो तरीकाकार है, एक बूटी होंगी सनामकी
ਸਨਾ ਮੱਕੀ ਜੀ ਜੀ ਠੀਕ ਹੈ ਪੰਸਾਰੀ ਕੋ ਮਿਲ ਜਾਂਦੀ ਪੰਸਾਰੀ ਕੋ ਮਿਲ ਜਾਂਦੀ ਹਾਂ ਜੀ ਪਿਛਲੇ ਦਿਨਾਂ ਵਿੱਚ ਕਰੋਨਾ ਦੇ ਵਿੱਚ ਬੜਾ ਇਹਦਾ ਨਾਮ ਚੱਲਿਆ ਉਹਨੂੰ ਨਾ ਓਏ 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 ਉਹਨੂੰ ਪੀਸ ਲਵੋ ਬਰੀਕ ਬਰੀਕ ਪੀਸ ਕੇ ਤੇ ਸਭ ਤੋਂ ਛੋਟੇ ਸਾਈਜ਼ ਦੇ ਇੱਕ ਸਾਈਡ ਕੈਪਸੂਲ ਦੀ ਭਰ ਲਵੋ ਠੀਕ ਹੋ ਗਿਆ 4-5 ਦਿਨ ਦੇ ਉੱਤੇ ਠੀਕ ਹੋ ਜਾਏਗਾ ਕਬੂਤਰ ਧੁੰਦ ਚੋਂ ਨਿਕਲ ਜਾਏਗਾ ਧੁੰਦ ਚੋਂ ਨਿਕਲ ਜਾਏਗਾ ਸਨਾ ਮੱਕੀ ਸਨਾ ਮੱਕੀ ਠੀਕ ਹੋ ਗਿਆ ਠੀਕ ਹੈ ਉਹਨੂੰ ਬਰੀਕ ਕਰ ਲੈਣਾ ਬਰੀਕ ਬਿਲਕੁਲ ਹਾਂਜੀ ਸਭ ਤੋਂ ਛੋਟਾ ਜ਼ੀਰੋ ਦਾ ਸਭ ਤੋਂ ਵੱਡਾ ਹੁੰਦਾ ਕੈਪਸੂਲ ਜਿਹੜਾ ਸਭ ਤੋਂ ਛੋਟਾ ਸਾਈਜ਼ ਹੈ ਅੱਛਾ ਜ਼ੀਰੋ ਦਾ ਸਾਈਜ਼ ਵੱਡਾ ਗਿਣਿਆ ਜਾਂਦਾ ਅੱਛਾ ਵੱਡਾ ਗਿਣਿਆ ਜਾਂਦਾ ਹਾਂਜੀ ਸਭ ਤੋਂ ਛੋਟਾ ਸਾਈਜ਼ ਅਸੀਂ ਸਭ ਤੋਂ ਛੋਟਾ ਲੈਣਾ ਕੈਪਸੂਲ ਹਾਂਜੀ ਉਹਨੂੰ ਭਰ ਲਈਏ ਹਾਂਜੀ ਜਿਹੜੇ ਕਬੂਤਰ ਨੂੰ ਦੇ ਉਹਨੂੰ ਦਾਣੇ ਤੋਂ ਬਾਅਦ ਦੇਣਾ ਪਹਿਲੇ ਦੇਣਾ ਜਿਸਲੇ ਮਰਜ਼ੀ ਦੇ ਦਿਓ ਖਾਲੀ ਪੇਟ ਦਿਓ ਤੇ ਦਵਾਈ ਜ਼ਿਆਦਾ ਅਸਰ ਕਰਦੀ ਹੈ ਦੇਸੀ ਹੈ ਬਲੈਤੀ ਹੋਵੇ ਤੇ ਪੇਟ ਭਰਿਆ ਹੋਵੇ ਤੇ ਦੇਈ ਦੀ ਹੈ ਠੀਕ ਹੋ ਗਿਆ ਹਾਂਜੀ ਖਾਲੀ ਪੇਟ ਬਲੈਤੀ ਦਵਾਈ ਨਹੀਂ ਦੇਈ ਦੀ ਠੀਕ ਹੋ ਗਿਆ ਠੀਕ ਹੈ ਨਾ ਜੀ ਠੀਕ ਹੋ ਗਿਆ ਠੀਕ ਹੋ ਗਿਆ ਤੇ ਭਾਈ ਸਾਹਿਬ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਨੌਲੇਜ ਕੋਈ ਟਿਪ ਤੁਹਾਡੇ ਕੋਲ ਹੋਵੇ ਮਿਹਰਬਾਨ ਹੋਏ ਉਹ ਦੋਸਤਾਂ ਦੇ ਕੋਈ ਹੋਰ ਕੋਈ ਇਹੋ ਜਿਹੀ ਚੀਜ਼ ਸ਼ੇਅਰ ਕਰੋ ਕੋਈ ਸ਼ਾਹ ਸਾਹਿਬ ਨੇ ਬੁੱਤ ਦੇ ਹਵਾਲੇ ਨਾਲ ਜਿਹੜਾ ਉਹਨਾਂ ਦਾ ਨੌਲੇਜ ਸੀ ਉਹਨਾਂ ਨੇ ਸ਼ੇਅਰ ਕੀਤਾ ਤੁਸੀਂ ਮਾਸ਼ਾਅੱਲਾ ਕਾਫੀ ਅਰਸੇ ਤੋਂ ਇਸ ਫੀਲਡ ਦੇ ਵਿੱਚ ਔਰ ਮਤਲਬ ਕਿ ਐਕਟਿਵ ਹੋ ਜੀ ਜੀ ਠੀਕ ਹੈ ਨਾ ਤੇ ਬੁੱਤ ਦੇ ਹਵਾਲੇ ਨਾਲ ਮਾਦੀਆਂ ਦੇ ਅੰਡਿਆਂ ਦੇ ਹਵਾਲੇ ਨਾਲ ਜਿਹੜਾ ਨਾ ਬੁੱਤ ਜਿਹੜਾ ਨਾ ਕਬੂਤਰ 5-6 ਮਹੀਨੇ ਦਾ ਫਾਸਲਾ ਪੈ ਜਾਵੇ ਨਾ ਤੇ ਕਬੂਤਰ ਠੀਕ ਨਹੀਂ ਹੁੰਦਾ ਕਬੂਤਰ ਮੌਕੇ ਦੇ ਉੱਤੇ ਫਾਰਗ ਹੋਇਆ ਨਾ ਤੇ ਮੌਕੇ ਦੇ ਠੀਕ ਕਰ ਲਓ ਇਹਨਾਂ ਦੇ ਅੰਦਰ ਹੁੰਦੇ ਨੇ ਕਬੂਤਰ ਕਬੂਤਰਾਂ ਦੇ ਨਰ ਜਿਹੜਾ ਨਾ ਉਹਦੇ ਅੰਦਰ ਹੁੰਦੇ ਕਬੂਤਰ ਠੀਕ ਉਸ ਲਈ ਉਹ ਖੁਸ਼ਕ ਹੋ ਜਾਂਦੇ ਇਹਨਾਂ ਦੇ ਕਬੂਤਰ ਬੁੱਤ ਪਾਉਣਾ ਛੱਡ ਜਾਂਦੇ ਜਿਹੜੀ ਦਵਾਈ ਜਿਹੜੀ ਹੈ ਨਾ ਉਹਨਾਂ ਨੂੰ ਤਰ ਕਰੇਗੀ ਕਬੂਤਰ ਬੁੱਤ ਪਾਏਗਾ ਜਿੰਨੀ ਦੇਰ ਉਹ ਤਰ ਰਹਿਣਗੇ ਬੁੱਤ ਕੋਈ ਅਸੀਂ ਕੋਈ ਚੀਜ਼ ਸ਼ੇਅਰ ਕਰ ਦਿਓ ਕੋਈ ਹੈ ਆਪਣਾ ਆਪਣੇ ਬਜ਼ੁਰਗ ਦੋਸਤ ਨੇ ਸਾਡੇ ਵੱਡੇ ਭਾਈ ਨੇ ਕਬੂਤਰਬਾਦ ਭਰਾ ਨੇ ਇਹਨਾਂ ਨੇ ਬਿਹਤਰੀਨ ਚੀਜ਼ ਦੱਸੀ ਹੈ ਜੀ ਟਾਈਮ ਜ਼ਾਇਆ ਨਹੀਂ ਹੋਏਗਾ ਠੀਕ ਹੈ ਠੀਕ ਹੈ ਤੁਹਾਡੇ ਨੌਲੇਜ 'ਚ ਵੀ ਇਹੀ ਹੈ ਮੇਰੇ ਨੌਲੇਜ ਤਾਂ ਹੈਗਾ ਕਿ ਮੈਂ ਆਪਣੇ ਉਸਤਾਦ ਕੋਲ ਸਿੱਖਿਆ ਸੀ ਡਰਾਈ ਫਰੂਟ ਨਹੀਂ ਹੁੰਦੇ ਹਾਂਜੀ 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 ਉਹਨਾਂ ਨੂੰ ਮਿਕਸ ਕਰ ਲਵੋ ਪੀਸ ਕੇ ਹਾਂ ਕਿ ਉਹਨਾਂ ਦੀਆਂ ਗੋਲੀਆਂ ਉਹਦਾ ਲੰਮਾ ਪ੍ਰੋਸੈਸ ਉਹਦੇ ਨਾਲ ਵੀ ਬਾਜ਼ੂਕਾਤ ਨਹੀਂ ਪੈਂਦਾ ਮੈਂ ਵੀ ਟ੍ਰਾਈ ਕਰਕੇ ਦੇਖਿਆ ਲੇਕਿਨ ਹੈਗਾ ਕਿ ਜਿਹੜੇ ਕਬੂਤਰ ਯੰਗ 2-3 ਸਾਲ ਬਾਅਦ ਬੁੱਤ ਪਾਉਣਾ ਛੱਡ ਦਿੰਦੇ ਨੇ ਉਹਨਾਂ ਦਾ ਇਲਾਜ ਤਾਂ ਹੈਗਾ ਕਿ ਉਹਨਾਂ ਦੇ ਨਾ ਥੱਲੇ ਪੋਟੀ ਵਾਲੀ ਜਗ੍ਹਾ ਦੇ ਉੱਤੇ ਪਰ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹ ਵੀ ਕੱਟ ਦਿੰਦੇ ਨੇ ਕੁਛ ਟ੍ਰੀਟਮੈਂਟ ਦੇ ਕੇ ਜੋੜਾ ਲਾਓ ਉਹਨਾਂ ਨੂੰ ਕੈਂਚੀ ਦੇ ਨਾਲ ਨਾ ਨਰ ਮਾਦੀ ਨੂੰ ਥੱਲੋਂ ਨਾ ਉਹਨਾਂ ਦੇ ਪਰ ਕੱਟ ਕੇ ਨਾ ਅਤੇ ਮੁੰਨ ਦਿਓ ਅਤੇ ਉਹਦੇ ਨਾਲ ਵੀ ਬੁੱਤ ਪੈ ਜਾਏਗਾ ਠੀਕ ਹਾਂਜੀ ਦੋਵਾਂ ਕੱਟ ਕੇ ਹਾਂਜੀ ਥੱਲੋਂ ਨੰਗਾ ਕਰਕੇ ਨਾ ਉਸ ਹਿੱਸਾ ਜਿਹੜਾ ਸਾਰਾ ਹੈਗਾ ਫਿਰ ਤੁਸੀਂ ਜੋੜਾ ਲਾ ਦਿਓ ਅਲੱਗਾ ਖਾਨੇ ਚ ਜੋੜਾ ਲਾਓ ਨਾ ਤਾਂ ਪਤਾ ਲੱਗੇ ਕਿ ਇੰਨੀ ਬੁੱਤ ਕੋਸ਼ਿਸ਼ ਕਰੇ ਕਿ ਜਿਸ ਕਬੂਤਰ ਨੂੰ ਤਿਆਰੀ ਦਿੱਤੀ ਹੈ ਨਾ ਖਾਸ ਤੌਰ ਤੇ ਪੁੱਤਰ ਹੈ ਕਬੂਤਰ ਨੂੰ ਉਹਦੇ ਨਾਲ ਮਾਦਾ ਉਹ ਵਾਲੀ ਲਾਣੀ ਹੈ ਜਿਹਨੇ ਪਹਿਲੇ ਕਦੀ ਅੰਡਾ ਨਾ ਲਾਇਆ ਹੋਵੇ ਉਹਦੇ 'ਚ ਤੁਹਾਨੂੰ ਬਹੁਤ ਪਰਸੈਂਟੇਜ ਵੱਧ ਜਾਏਗੀ ਬੁੱਤ ਪਾਉਣ ਦੀ ਜੇ ਉਹ ਤਾਬੰਦ ਮਜੋੜ ਮਾਦੀ ਲਾਓਗੇ ਤਾਂ ਉਹਦੇ 'ਚ ਚਾਂਸ ਬਹੁਤ ਘੱਟ ਹੈ ਬੁੱਤ ਪਾਉਣ ਦੇ ਬਿਲਕੁਲ ਯੰਗ ਕਬੂਤਰੀ ਲਾਓਗੇ ਜਿਹਨੇ ਪਹਿਲੇ ਕਦੀ ਅੰਡਾ ਨਾ ਲਾਇਆ ਹੋਵੇ ਉਹਦੇ 'ਚ ਬਹੁਤ ਜ਼ਿਆਦਾ ਚਾਂਸਿਸ ਵੱਧ ਜਾਣਗੇ ਬੁੱਤ ਪਾਉਣ ਦੇ ਠੀਕ ਹੈ ਜੀ ਉਹ 2 ਝੋਲੀਆਂ ਪਾ ਦੇਵੇ 3 ਝੋਲੀਆਂ ਪਾ ਦੇਵੇ ਹਾਂਜੀ ਤੇ ਇੱਕ ਚੀਜ਼ ਹੋਰ ਅੱਜ ਕੱਲ੍ਹ ਇੱਕ ਨਵੀਂ ਬਿਮਾਰੀ ਚੱਲੀ ਹੈ ਕਬੂਤਰ ਇਸ ਤਰ੍ਹਾਂ ਗੁੰਮ ਹੁੰਦੇ ਨੇ ਹਾਂਜੀ ਉਹ ਚੰਗੇ ਭਲੇ ਹੁੰਦੇ ਨੇ ਜਿਸਮ ਵੀ ਉਹਨਾਂ ਦੇ ਬਾਜ਼ੂਕਾਤ ਠੀਕ ਹੁੰਦੇ ਨੇ ਉਹ ਗੁੰਮ ਹੁੰਦੇ ਨੇ ਥੋੜ੍ਹੇ ਜਿਹੇ ਇੰਝ ਇਕੱਠੇ ਹੁੰਦੇ ਨੇ ਅਗਲੇ ਦਿਨ ਮਰ ਜਾਂਦੇ ਨੇ ਉਹਦੇ ਬਾਰੇ ਤੁਹਾਡੀ ਕੋਈ ਅਗਰ ਤਹਿਕੀਕ ਹੁੰਦਾ ਕਿ ਉਹ ਤੁਹਾਡੇ ਦਾਣੇ 'ਚ ਪ੍ਰੋਬਲਮ ਹੁੰਦੀ ਆ ਕੀ ਕਹਿੰਦੇ ਜੀ ਇੱਕ ਦਾਣਾ ਉਸ ਤੋਂ ਮਤਲਬ ਕਿ ਉਹ ਤੁਹਾਡੇ ਖੁੱਡੇ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਨਾ ਹਾਂਜੀ ਤੁਸੀਂ ਦਾਣਾ ਬਦਲ ਦਿਓ ਧੋ ਕੇ ਪਾਓ ਜੋ ਮਰਜ਼ੀ ਕਰੋ ਉਹਦਾ ਇਲਾਜ ਕੋਈ ਨਹੀਂ ਉਹਦੇ ਪਹਿਲੇ ਹੀ ਟ੍ਰੀਟਮੈਂਟ ਹੀ ਉਹਦੀ ਪਹਿਲੇ ਜਿਹੜੇ ਹਫਾਜ਼ਤ ਦੇ ਇੰਤਜ਼ਾਮ ਹੈਗੇ ਨੇ ਉਹ ਕਰਕੇ ਰੱਖੋ ਉਹ ਜੇ ਉਹਦੇ ਮੈਂ ਕੋਸ਼ਿਸ਼ ਕਰੋਗੇ ਉਹਨਾਂ ਨੂੰ ਦਾਣਾ ਧੋ ਕੇ ਪਾਓ ਜ਼ਿਆਦਾ ਕਬੂਤਰ ਅਸੀਂ ਦੇਖਿਆ ਜ਼ਿਆਦਾ ਮੂੰਹ ਦੀਆਂ ਬਿਮਾਰੀਆਂ ਦੇ ਬਿਮਾਰ ਹੁੰਦੇ ਨੇ ਜ਼ਿਆਦਾ ਬਿਮਾਰੀਆਂ ਇੱਥੋਂ ਹੀ ਨੇ ਮੂੰਹ ਦੀਆਂ ਉਮੂਮਨ ਜ਼ਿਆਦਾਤਰ ਕਬੂਤਰਾਂ ਨੂੰ ਜਿਹੜੇ ਬਿਮਾਰ ਹੁੰਦੇ ਨਾ ਫੰਗਸ ਵਾਲਾ ਉੱਲੀ ਵਾਲਾ ਦਾਣਾ ਪੈਂਦਾ ਕਬੂਤਰਾਂ ਨੂੰ ਕੀ ਕਹਿੰਦੇ ਜੀ ਬਿਮਾਰੀ ਆਉਂਦੀ ਹੈ ਹਵਾ ਦੇ ਵਿੱਚ ਵਾਇਰਸ ਹੁੰਦਾ ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਅਮੂਮਨ ਜ਼ਿਆਦਾਤਰ ਜਿਹੜਾ ਨਾ ਅਸੀਂ ਲੋਕ ਕਬੂਤਰ ਆਖਦੇ ਹਾਂ ਜ਼ਿਆਦਾ ਦਾਣਾ ਉਹਨਾਂ ਨੂੰ ਅੱਛਾ ਨਹੀਂ ਪਾਉਂਦੇ ਜ਼ਿਆਦਾ ਉਹਨਾਂ ਦੇ ਬਿਮਾਰ ਹੋਣ ਦੀ ਵਜ੍ਹਾ ਹੁੰਦੀ ਹੈ ਕਿ ਫੰਗਸ ਵਾਲਾ ਉੱਲੀ ਵਾਲਾ ਦਾਣਾ ਪੈਂਦਾ ਕੁਛ ਹੈਗਾ ਕਿ ਪਹਿਲਾਂ ਗੋਦਾਮਾਂ ਤੋਂ ਜਿਹੜੀ ਸਫਾਈ ਹੁੰਦੀ ਸੀ ਨਾ ਉਹ ਮਾਲ ਸੁੱਟ ਦਿੰਦੇ ਹੁੰਦੇ ਸੀ ਉਹਨੂੰ ਵੀ ਧੋ ਕੇ ਰੰਗ ਕਰਕੇ ਚੜਾਇਆ ਕਬੂਤਰਬਾਦ ਭਰਾਵਾਂ ਨੂੰ ਇਹੀ ਸਾਡੇ ਵੱਲੋਂ
गुजारिश ही है, रिक्वेस्ट ही है, कबूतर थोड़े रखो, दाना अच्छा पाओ, अच्छे कबूतर दाना पाओ, कबूतर की लालच ना करो। ठीक है जी, ज़्यादा जी जिन्हें थोड़े होंगे तंदुरुस्त रहेंगे। अगर तुहाडे खुडे दे विच 50 कबूतर की जगह ही है तो 40 रखो। ठीक है जी, कभी बीमार नहीं होंगे, तंदुरुस्त रहेंगे। कबूतर सर्दी भी जी पैरों तो लगती, तो गर्मी भी पैरों तो लगती। ठीक है जी, आप इन्ना गर्म है, सर्दी की लगनी जी। ठीक है जी, इनू गर्मी भी पैरों तो लगती, इनू सर्दी भी पैरों तो लगती। ठीक है, शाह साहब को भी मेरा सवाल है, तुहाडे को भी यही सवाल है कि परख दे हवाले नाल, क्योंकि इन्हां नूं ते ब्रीडिंग दा शौक है, उड़ान दे हवाले नाल ते तुसीं दस दित्ता। इधर देखो, एक एहसास है, ट्रांसफर नहीं कर सकता कबूतरबाजी, तुहानूं कबूतरबाजां ने सारे टिप्स देते ने कि कहिंदे जोड़ इस तरह के होने चाहिए ने, हड्डी इस तरह की होनी चाहिए। उन्होंने जेड के चैंपियन कबूतर तुसीं दहाते बाजियां दे उल्टे पिछे कुछ नहीं रह गया। ठीक कहिंदे जी, लेकिन कबूतर थोड़े रखो, तो खानदानी कबूतर रखो, पेडिग्री वाला कबूतर रखो। ठीक कहिंदे जी, हाँ जी, और अगर पैसे खर्च के लेना है तो खालस कबूतर लो। ठीक कहिंदे जी, किस तरह पता है उहदी कोई पहचान दसो ना कि खालस है, यह खालस है। पैसे खर्च देने दो नंबर मिल जाते हैं, खालस की पहचान दसोगे तो पैसे खर्च के खालस लाने। कुछ कबूतरबाजी का सारा कुछ तो दस दिता, फिर लोग धोखा खाने। हाँ जी, थोड़ा बहुत शेयर करो भाई, ऑथेंटिक खालस कबूतर के मुताबिक यह चीज़ा, क्योंकि लोगों ने वो शेयर भी की चीज़ा के जड़िया गलत ने। हाँ जी, यह नहीं है कि तुम कहो कि परफेक्ट ही सारिया शेयर हुई ने, ऐसा चीज़ा ने जिन्हों का वजूद ही नहीं है वो शेयर की ने। ਜਿਹੜਾ ਉਹਨਾਂ ਪਿੱਛੇ ਟੁਰੇਗਾ ਨਾ ਤੇ ਉਹ ਤਾਂ ਗਲਤ ਪਾਸੇ ਚਲਾ ਗਿਆ। ਜੀ ਬਿਲਕੁਲ ਹੈ ਸਰ, ਤੁਸੀਂ ਸਾਨੂੰ ਜਿਹੜੀਆਂ ਤੁਹਾਡੇ ਜ਼ਿਹਨ ਦੇ ਮੁਤਾਬਕ ਮਜ਼ਬੂਤ ਗੱਲਾਂ ਨੇ, ਹਾਂਜੀ, ਤੁਸੀਂ ਥੋੜਾ ਉਹ ਦੋਸਤਾਂ ਨੂੰ ਥੋੜਾ ਗਾਈਡ ਕਰੋ ਕਿ ਇਹ ਗੱਲਾਂ ਜਿਨ੍ਹਾਂ 'ਚ ਹੋਣਗੀਆਂ ਨਾ ਵਾਕਿਆ ਤਾਂ ਨਹੀਂ ਖਾਨਦਾਨੀ ਹੋਏਗਾ। ਸਹੀ ਹੈ, ਠੀਕ ਨਾ, ਉਹ ਤੁਹਾਡੇ ਜ਼ਿਹਨ 'ਚ ਕੋਈ ਟਿਪਸ ਹੈ ਨਾ ਕੋਈ ਸ਼ਾਹ ਜੀ? ਅਹਿਸਾਸ ਹੈਗਾ ਮੈਂ ਕਿਸ ਤਰ੍ਹਾਂ ਕਿਸੇ ਨੂੰ ਦਵਾ ਸਕਦਾ, ਮੈਂ ਕੋਈ ਕਿਤਾਬ ਪੜ੍ਹੀ ਹੋਵੇ, ਕਿਤਾਬ ਹੋਵੇ ਤਾਂ ਮੈਂ ਜ਼ਰੂਰ ਦੱਸਾਂ ਕਿ ਇਹ ਕਿਤਾਬ ਹੀ ਹੈ। ਇਹ ਸਾਡੇ ਹੱਥ ਗਵਾਈ ਦਿੰਦੇ ਨੇ ਕਬੂਤਰ, ਇਸ ਤੋਂ ਬਾਅਦ ਜ਼ਿਆਦਾ ਉੱਡੇਗਾ, ਜਿਸਨੇ ਇਸ ਵਜੂਦ ਚ ਹੁੰਦਾ ਤੇ ਬਹੁਤ ਜ਼ਿਆਦਾ ਉੱਡੇਗਾ। ਠੀਕ ਹੈ ਜੀ, ਬੜੀ ਵੱਡੀ ਗੱਲ ਕਰਤੀ ਜੀ, ਅਸਾਂ ਸੀ ਹਕੀਕਤ ਹੈ, ਅੱਜ ਆਏਗਾ ਤੁਹਾਡੇ ਕੋਲ। ਹਾਂ ਜੀ, ਹੁਣ ਕਬੂਤਰ ਪੋਜ਼ਿਟਿਵਸ ਦਿੰਦੇ ਨੇ ਵੱਡੇ ਪਰ, ਤਿੰਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਇਸ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਨੇ, ਇੱਧਰ ਹੱਥ ਕਰੋ। ਹਾਂ ਜੀ, ਤਿੰਨ ਪਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਬਾਰ ਵਾਲੇ ਵੱਡੇ। ਤੇ ਇੱਕ ਨਸਲ ਐਸੀ, ਉਹਦਾ ਦਸਵਾਂ ਪਰ ਇਹ ਵਾਲਾ, ਇਹ ਨੌਵਾਂ, ਇਹ ਅੱਠਵਾਂ, ਉਹ ਵੀ ਸ਼ਾਮ ਤੱਕ ਉੱਡਦਾ, ਉਹਦਾ ਬੱਚਾ ਵੀ ਉੱਡਦਾ। ਠੀਕ ਕਹਿੰਦੇ ਜੀ, ਬਿਲਕੁਲ ਉੱਡਦਾ। ਦਸਵਾਂ ਵੱਡਾ ਪਰ ਕਬੂਤਰਬਾਜ਼ ਲਾਈਕ ਨਹੀਂ ਕਰਦੇ, ਸਾਡੇ ਕੋਲ ਜਿਹੜੇ ਕਬੂਤਰ ਜ਼ਿਆਦਾ ਬੱਚੇ ਉਡਾਉਂਦੇ ਨੇ ਉਹਨਾਂ ਦਾ ਦਸਵਾਂ ਪਰ ਵੱਡਾ ਹੁੰਦਾ। ਕੋਈ ਵੀ ਚੀਜ਼ ਦੁਨੀਆ ਦੇ ਉੱਤੇ ਹਰਫੇ ਆਖਰ ਨਹੀਂ ਗਈ ਸਵਾਏ ਅੱਲਾ ਦੀ ਜ਼ਾਤ ਤੋਂ। ਠੀਕ ਕਹਿੰਦੇ ਜੀ, ਕਬੂਤਰ ਨਸਲ ਵਾਲਾ ਰੱਖੋ। ਠੀਕ ਕਹਿੰਦੇ ਜੀ, ਨਸਲ ਵਾਲਾ ਕਬੂਤਰ ਨਸਲ ਵਾਲੇ ਬੰਦੇ ਕੋਲ ਮਿਲੇਗਾ, ਜਿਹੜਾ ਬੰਦਾ 20 ਨਸਲ ਦੇ ਪੈਡੀਗਰੀ ਕਬੂਤਰ ਰੱਖੋ। ਕੀ ਕਹਿੰਦੇ ਜੀ, ਜਿਹਦੇ ਕੋਲ ਲੱਗੇ ਕਬੂਤਰ ਵੱਡੇ ਘਰ 'ਚ ਜਾ ਕੇ ਲਿਆਓ। ਨਹੀਂ ਵੱਡੇ ਦਾ ਹੈ, ਮੈਂ ਨਹੀਂ ਕਹਿ ਰਿਹਾ, ਮੈਂ ਉਹਨਾਂ ਦੀ ਗੱਲ ਨਹੀਂ ਕੱਟ ਰਿਹਾ। ਕੀ ਕਹਿੰਦੇ ਜੀ, ਵੱਡੇ ਘਰ ਵਾਲੇ ਤੇ ਛੋਟੇ ਦੀ ਨਹੀਂ ਗੱਲ ਕਰਦੇ, ਵੱਡੇ ਘਰ ਵਾਲੇ ਇਹਨਾਂ ਦੇ ਕੋਲ ਅੱਛੇ ਮਿਆਰੀ ਕਬੂਤਰ ਨੇ, ਵੱਡੇ ਘਰ ਵਾਲੇ ਵੱਡੇ ਬੰਦੇ ਨੂੰ ਕਬੂਤਰ ਦਿੰਦੇ ਨੇ। ਕੀ ਕਹਿੰਦੇ ਜੀ, ਮਾੜੇ ਬੰਦੇ ਨੂੰ ਕੋਈ ਕਬੂਤਰ ਨਹੀਂ ਦਿੰਦਾ। ਕੀ ਕਹਿੰਦੇ ਜੀ, ਇਹ ਬੜੀ ਅੱਛੀ ਗੱਲ, ਮੀਆਂ ਨਜ਼ੀਰ ਕੋਲੋਂ ਕਿਸੇ ਟੁੱਟੀ 70 ਵਾਲੇ ਨੇ ਜਾ ਕੇ ਕਬੂਤਰ ਨਹੀਂ ਲਿਆਂਦਾ। ਕੀ ਕਹਿੰਦੇ ਜੀ, ਸਹੀ ਹੈ, ਇਹ ਗੱਲ ਹੈਗੀ ਹੈ। ਕਿਸੇ ਵੀ ਤਗੜੇ ਬੰਦੇ ਕੋਲ ਕਿਸੇ 70 ਵਾਲੇ ਨੇ ਨਹੀਂ ਲਿਆਂਦਾ, ਸਾਰਿਆਂ ਨੇ ਤਗੜਿਆਂ ਕੋਲ, ਤਗੜਿਆਂ ਨੇ ਜਾ ਕੇ ਲਏ ਨੇ। ਪਰ ਜਿਹੜੇ ਵਧੇ ਨੇ ਨਾ, ਅੱਛਾ ਕਬੂਤਰ ਜਿਹੜਾ ਫੈਲਿਆ ਨਾ, ਉਹ ਵੀ ਤਗੜਿਆਂ ਦੀ ਵਜ੍ਹਾ ਨਾਲ ਹੀ ਫੈਲਿਆ ਜੀ, ਕਿਉਂਕਿ ਉਹਨਾਂ ਨੇ ਪੈਸੇ ਸ਼ੁਰੂ ਹੋਏ ਨੇ ਕਬੂਤਰ, ਪਹਿਲਾਂ ਲਿਮਿਟ ਸੀ, ਪਹਿਲਾਂ ਲਿਮਿਟਡ ਸੀ ਆ ਸਾਰੇ ਪਰਿੰਦੇ, ਹੈ ਸੀ ਅੱਛੇ, ਮਗਰ ਲਿਮਿਟਡ ਲੋਕਾਂ ਦੇ ਕੋਲ ਸੀ, ਉਹਨਾਂ ਨੇ ਕੱਢੇ ਹੀ ਨਹੀਂ ਸੀ। ਜਦੋਂ ਪੈਸੇ ਅੱਗੇ ਆਏ ਨੇ, ਪੈਸੇ ਸੁੱਟੇ ਗਏ ਨੇ, ਉਹ ਪੈਸੇ ਭਾਈ, ਪੈਸਾ ਬੜੀ ਵੱਡੀ ਸ਼ਾਇਦ ਤੁਹਾਨੂੰ ਪਤਾ, ਦੁਨੀਆ ਦੇ ਹਰ ਬੰਦੇ ਦੀ ਜ਼ਰੂਰਤ ਹੈ, ਉਹ ਪੈਸੇ ਚੁੱਕੇ ਨੇ ਅੱਛੇ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪੈਸੇ, ਜਿਹਨਾਂ ਕੋਲ ਅਮੀਰ ਆਦਮੀ ਹੁੰਦਾ ਨਾ, ਉਹਨੂੰ ਇੰਨੀ ਫਿਰ ਨਹੀਂ ਹੁੰਦੀ, ਉਹਨੇ ਕਢਾਏ ਅਤੇ ਉਹਨੇ ਉਡਾਏ, ਲੋਕਾਂ ਨੇ ਫੜੇ, ਅੱਜ ਤੋਂ 20 ਸਾਲ ਪਹਿਲਾਂ ਅੱਛਾ ਫੈਲ ਗਿਆ। ਅੱਜ ਤੋਂ 20 ਸਾਲ ਪਹਿਲੇ ਕਸੂਰੀ ਕਬੂਤਰਾਂ ਨੂੰ ਕੋਈ ਕਬੂਤਰਬਾਜ਼ ਪਸੰਦ ਨਹੀਂ ਸੀ ਕਰਦਾ, ਨਾ ਕੋਈ ਕਬੂਤਰਬਾਜ਼ ਰੱਖਦਾ ਸੀ ਉਹਨਾਂ ਨੂੰ। ਜੀ ਜੀ, ਕੀ ਕਹਿੰਦੇ ਜੀ, ਇਹ ਉਸਤਾਦ ਲੋਕਾਂ ਨੇ ਜਿੱਦਣ ਪੈਦਾ ਕੀਤੀ, ਉਹਨਾਂ 'ਚ ਕ੍ਰੋਸ ਬਰੀਡ ਕਰਾ ਕੇ ਕਬੂਤਰ ਬਣਾਏ, ਉਹਦੇ ਕਬੂਤਰ ਘਰ ਹੀ ਨਹੀਂ ਸੀ ਆਉਂਦੇ, ਪਾਗਲਾਂ ਵਾਂਗਰ ਉੱਡਦੇ ਰਹਿੰਦੇ ਸੀ। ਦੂਸਰੇ ਦਿਨ ਵੀ ਰਾਤ ਰਹਿ ਕੇ ਅਗਲੇ ਦਿਨ ਆ ਗਏ ਨੇ, ਫਿਰ ਉੱਡੀ ਜਾ ਰਹੇ ਨੇ ਪਾਗਲਾਂ, ਬਿਲਕੁਲ ਬਿਲਕੁਲ ਘਰ ਦੇ ਉੱਤੇ ਲੰਘ ਜਾਂਦੇ ਸੀ। ਤਿੰਨ ਦਿਨ ਕਬੂਤਰ ਉੱਡਦੇ ਵੇਖੇ ਲਾਲ ਅੱਖਾਂ ਦੇ, 20 ਸਾਲ ਦੇ ਵਿੱਚ ਵਿੱਚ ਹੈ ਜਿਹੜੀ ਹੈ ਨਾ ਜਿੱਦਤ ਆਈ ਕਬੂਤਰਬਾਜ਼ੀ ਦੇ ਵਿੱਚ। ਕੀ ਕਹਿੰਦੇ ਜੀ, ਬਿਲਕੁਲ ਸਹੀ ਕਹਿ ਰਹੇ, ਦੋ ਦੋ ਤਿੰਨ ਤਿੰਨ ਦਿਨ ਕਬੂਤਰ ਉੱਡਦਾ ਹੀ ਰਹਿੰਦਾ ਸੀ।
ਬਿਲਕੁਲ ਅਸੀਂ ਐਸੇ ਵੀ ਕਬੂਤਰ ਦੇਖੇ ਨੇ, ਕਦੀ ਬੱਚਾ ਬਾਹਰ ਕਦੀ ਗੇੜਾ ਨਹੀਂ ਮਾਰਿਆ, ਪਹਿਲੀ ਦਫ਼ਾ ਗੇੜੇ ਪਿਆ ਦੇ ਸਾਹਮਣੇ ਫਿਰਦਾ ਫਿਰਦਾ ਰਾਤ ਰਹਿ ਗਿਆ ਤੇ ਅਗਲੇ ਦਿਨ ਆਇਆ। ਐਸੇ ਐਸੇ ਵੀ ਕਬੂਤਰ ਦੇਖੇ ਨੇ, ਠੀਕ ਹੈ ਜੀ, ਬਿਲਕੁਲ ਬਿਲਕੁਲ। ਜਿੱਦਰ ਜਿਹੜੀ ਹੈ ਨਾ 20 ਸਾਲਾਂ ਦੇ ਵਿੱਚ ਵਿੱਚ ਆਈ ਹੈ, ਲੋਕਾਂ ਨੂੰ ਸੰਤ ਸਮਝ ਆ ਗਈ ਹੈ, ਕੋਈ ਕਬੂਤਰਬਾਜ਼ੀ ਦੇ ਤੁਸੀਂ ਹੈ, ਬਾਕੀ ਕਸਰ ਮੀਡੀਆ ਨੇ ਪੂਰੀ ਕਰ, ਮੀਡੀਆ ਨੇ ਪੂਰੀ ਕਰ ਦਿੱਤੀ ਹੈ। ਕੀ ਕਹਿੰਦੇ ਜੀ ਤੁਸੀਂ, ਅਸੀਂ ਘਰ ਘਰ ਬੈਠੇ ਹਾਂ, ਸ਼ੌਕ ਰਾਤ ਐਸੇ ਐਸੇ ਕਬੂਤਰਬਾਜ਼ਾਂ ਦਾ ਜਿਹਨਾਂ ਦੇ ਕਬੂਤਰ ਆਮ ਬੰਦੇ ਦੀ ਨਹੀਂ ਦੇਖ ਨਹੀਂ ਪਹੁੰਚ ਸਕਦੇ ਸੀ, ਨਹੀਂ ਸ਼ੌਕ ਕਰ ਸਕਦੇ ਸੀ। ਸਹੀ ਬਾਤ, ਕੀ ਕਹਿੰਦੇ ਜੀ, ਸਹੀ ਬਾਤ, ਹਾਂ ਜੀ ਸਹੀ, ਬਿਲਕੁਲ 16 ਨੇ ਗੱਲ, 4 ਨੇ ਵੀ ਨਹੀਂ, 12 ਨੇ ਵੀ ਨਹੀਂ, 16 ਨੇ, ਹਾਂ ਜੀ ਬਿਲਕੁਲ ਬਿਲਕੁਲ ਸਹੀ ਬਾਤ। ਚਲੀਏ ਫਿਰ ਉੱਪਰ ਜਾ ਕੇ ਸ਼ੌਕ ਕਰਾਈਏ ਫਿਰ, ਹਾਂਜੀ ਕਬੂਤਰ 'ਚ 3 ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਇੱਕ ਜ਼ਰੀ, ਇੱਕ ਪਰੀ ਅਤੇ ਇੱਕ ਨਲੀ। ਕੀ ਕਹਿੰਦੇ ਜੀ, ਜ਼ਰੀ ਕਹਿੰਦੇ ਨੇ ਨੈਣ ਨਕਸ਼ ਨੂੰ, ਪਰੀ ਕਹਿੰਦੇ ਨੇ ਪਰਾਂ ਨੂੰ, ਅਤੇ ਨਲੀ ਕਹਿੰਦੇ ਨੇ ਲੱਤਾਂ ਦੇ ਕਲਰ ਨੂੰ। ਜਿਸ ਕਬੂਤਰ ਜਾਂ 3 ਕਬੂਤਰ ਆਉਣਗੀਆਂ, ਉਹ ਕਬੂਤਰ ਜੋੜਿਆਂ 'ਚ ਵੀ ਕੰਮ ਕਰੇਗਾ, ਉਹ ਕਬੂਤਰ ਉੱਡੇਗਾ ਵੀ ਅੱਛਾ, 10-10, 12-12 ਘੰਟੇ ਪਰਵਾਜ਼ ਵੀ ਕਰੇਗਾ। ਇਹ ਮੈਸੇਜ ਆ ਸਾਡਾ ਦੋਸਤਾਂ ਭਰਾਵਾਂ ਨੂੰ, ਇੱਕ ਜ਼ਰੀ, ਇੱਕ ਪਰੀ, ਇੱਕ ਨਲੀ, ਜਿਸ ਕਬੂਤਰ 'ਚ ਹੋਣਗੀਆਂ ਉਹ ਕਬੂਤਰ ਕੰਮ ਕਰਨਾ। ਭਾਈ ਸਾਹਿਬ ਗੱਲ ਇਹ ਕਿ ਥਰ ਕਬੂਤਰ 'ਚ ਹੁੰਦੀਆਂ ਨੇ ਤਿੰਨੋਂ ਚੀਜ਼ਾਂ, ਨੈਣ ਨਕਸ਼ ਨੂੰ। ਕੀ ਕਹਿੰਦੇ ਜੀ, ਨੈਣ ਨਕਸ਼ ਆ ਗਏ ਚੋਂਚ ਤੋਂ ਲੈ ਗਏ ਪੈਰਾਂ ਦੇ ਨਾਖੂਨਾਂ ਤੱਕ ਦੇ ਦੋ ਦੇ ਸਿਰੇ ਤੱਕ। ਠੀਕ ਹੈ, ਪਰੀ ਕਹਿੰਦੇ ਨੇ ਪਰਾਂ ਨੂੰ। ਕੀ ਕਹਿੰਦੇ ਜੀ, ਨਲੀ ਕਹਿੰਦੇ ਨੇ ਲੱਤਾਂ ਨੂੰ, ਉਂਗਲਾਂ ਬਾਰੀਕ ਹੋਣੀਆਂ ਚਾਹੀਦੀਆਂ, ਕਲਰ ਜਿਹੜਾ ਨਾ ਗਹਿਰਾ ਹੋਣਾ ਚਾਹੀਦਾ ਕਬੂਤਰ। ਅਤੇ ਉੱਡਦਾ ਕਬੂਤਰ ਹਰ ਤਰ੍ਹਾਂ ਦਾ, ਵੱਡੀ ਕੌਮ ਦਾ ਵੀ ਉੱਡਦਾ, ਛੋਟੀ ਕੌਮ ਦਾ ਵੀ। ਉਡਾਉਣ ਵਾਲੇ ਵਾਲੇ ਕਬੂਤਰਬਾਜ਼ ਵਾਸਤੇ ਪਾਬੰਦੀ ਨਹੀਂ ਕੀ, ਕਬੂਤਰ ਦੇ 16 ਪਾਰ ਹੈਗੇ ਨੇ, ਉਹਨੇ ਉਡਾਉਣਾ ਉਹਦਾ ਉੱਡਣਾ ਚਾਹੀਦਾ ਗਿਆ। ਠੀਕ ਹੈ, ਬਾਕੀ ਸਭ ਕੁਛ ਸਹੀ ਹੈ। ਕੀ ਕਹਿੰਦੇ ਜੀ, ਜਿਹਦੇ 'ਚ 3 ਚੀਜ਼ਾਂ ਹੋਣਗੀਆਂ ਉਹ ਕਬੂਤਰ ਮੁਕੰਮਲ ਹੈ। ਕੀ ਕਹਿੰਦੇ ਜੀ, ਅਤੇ ਜਿਹੜਾ ਬਲੱਡ ਲਾਈਨ ਹੈ ਉਹ ਕਬੂਤਰ ਦੀ, ਤੁਸੀਂ ਉਹਦੀ ਕਹਿ ਲਵੋ, ਤੁਸੀਂ ਪੈਡੀਗਰੀ ਕਹਿ ਲਵੋ। ਠੀਕ ਹੈ, ਕਬੂਤਰ ਦੀ ਨਸਲ ਅੱਛੀ ਹੋਣੀ ਚਾਹੀਦੀ ਹੈ। ਠੀਕ ਹੈ, ਉਹ ਛੋਟੀ ਹੱਡੀ ਦਾ, ਉਹਦੇ ਤਾਂ ਵੀ ਬੱਚੇ ਉੱਡਣਗੇ, ਉਹਦੇ ਜੋੜ ਖੁੱਲ੍ਹੇ ਨੇ, ਉਹਦੇ ਤਾਂ ਵੀ ਬੱਚੇ ਉੱਡਣਗੇ। ਠੀਕ ਕਹਿੰਦੇ ਜੇ, ਕਬੂਤਰ ਬਾਜ਼ ਸਿਰਫ ਦੱਸਦੇ ਨੇ ਕਿ ਜੋੜ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਬੰਦ। ਕਬੂਤਰ ਜਿਹੜਾ ਇਹ ਕਰਕੇ ਜਾਂਦਾ, ਸਮਾਨ ਜਾਂਦਾ, ਉਸੇ ਵੇਲੇ ਆ ਕੇ ਪੈ ਜਾਂਦਾ, ਹਨੇਰੀ ਆਉਂਦੀ ਫਿਰ ਵੀ ਉਹ ਘਰ ਆ, ਤੂਫਾਨ ਆਉਂਦਾ ਵਾ ਘਰ ਆ, ਜਾਂਦਾ ਹੀ ਨਹੀਂ ਗਾ, ਉਹਦੇ ਵੀ ਜੋੜ ਬੰਦ ਨੇ, ਉੱਡਦਾ ਕਿਉਂ ਨਹੀਂ, ਜੋੜਾਂ ਦਾ ਤਾਂ ਕੱਲ੍ਹ ਵੀ ਪੈ ਜਾਊਗਾ। ਤੁਹਾਨੂੰ ਦੱਸ ਦਿੱਤੀਆਂ ਮੁਖਤਸਰ ਚੀਜ਼ਾਂ, 3 ਚੀਜ਼ਾਂ ਦੱਸੀਆਂ ਕਬੂਤਰ 'ਚ ਹੋਣੀਆਂ ਚਾਹੀਦੀਆਂ ਨੇ, ਪਰ ਅੱਛੇ ਹੋਣੇ ਚਾਹੀਦੇ ਨੇ ਉਹਦੇ ਨੈਣ ਨਕਸ਼, ਅੱਛੇ ਹੋਣੇ ਚਾਹੀਦੇ ਨੇ ਜੋੜਿਆਂ ਵਾਲੇ ਕਬੂਤਰ 'ਚ, ਉਹਦੀਆਂ ਲੱਤਾਂ ਦਾ ਕਲਰ, ਉਹਦੀਆਂ ਲੱਤਾਂ ਬਾਰੀਕ ਹੋਣੀਆਂ ਚਾਹੀਦੀਆਂ, ਉਹ ਕਬੂਤਰ ਪਰਫੋਰਮ ਵੀ ਕਰੇਗਾ ਅਤੇ ਉੱਡੇਗਾ। ਜੋੜ ਜੂੜ ਹੈ ਨੇ, ਉਹ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਸ ਲਈ ਤੁਸੀਂ ਕਬੂਤਰ ਉਡਾਰ ਪਰਵਾਜ਼ ਕਰਦਾ ਨਾ, ਉਸ ਲਈ ਵੀ ਇੰਪਰੂਵ ਕਰਦੀਆਂ ਨੇ। ਚੌੜੀ ਦੁੰਬ ਬੰਦ ਹੋ ਜਾਂਦੀ ਜਿਹਦੇ ਕਬੂਤਰ ਪ੍ਰੋਗਰੈਸ ਕਰਦਾ ਨਾ, ਫਿਰ ਤੋਂ ਚੜ੍ਹਦਾ, ਮੋਟੀ ਪਲਕ ਬਰੀਕ ਹੋ ਜਾਂਦੀ ਹੈ। ਕੀ ਕਹਿੰਦੇ ਜੀ, ਐਡਾ ਸਿਰ ਹੁੰਦਾ ਨਾ, ਕੱਸ ਕੇ ਬਰੀਕ ਹੋ ਜਾਂਦਾ। ਕੀ ਕਹਿੰਦੇ ਜੀ, ਐਡੇ ਖੁੱਲ੍ਹੇ ਜੋੜ ਹੁੰਦੇ ਨੇ, ਬੰਦ ਹੋ ਜਾਂਦੇ ਨੇ, ਫਿਰ ਤਾਂ ਖਾ ਖਾ ਕੇ ਕਬੂਤਰ। ਕੀ ਕਹਿੰਦੇ ਜੀ, ਅੱਛਾ ਇਹ ਦੱਸੋ ਜ਼ਰਾ, ਜਿਵੇਂ ਕਬੂਤਰ ਪੈੜੀ ਦੀ ਹਿਸਟਰੀ ਹੈ, ਤਾਂ ਤੁਸੀਂ ਤਾਂ ਵੇਖੀ ਹੈ ਸਾਰਾ ਕੁਝ ਜੀ, ਲੇਕਿਨ ਹੈਗਾ ਟੈਡੀਆਂ ਨੂੰ ਇੰਨੀ ਕੁ ਸਹੂਲਤ, ਇੰਨੀ ਕੁ ਬੜਾ ਸ਼ੋਹਰਤ ਮਿਲ ਗਈ ਹੈ ਕਬੂਤਰਾਂ ਨੂੰ, ਉਹ ਜਿੰਨੀ ਦੇਰ ਦੁਨੀਆਂ ਹੈਗੀ ਹੈ ਕਬੂਤਰਬਾਜ਼ੀ ਹੋ ਰਹੀ ਹੈ, ਇਹ ਡਾਊਨ ਨਹੀਂ ਹੋ ਗਈ, ਅਤੇ ਬਾਕੀ ਹਰ ਨਸਲ ਉੱਡਦੀ ਹੈ। ਕੀ ਕਹਿੰਦੇ ਜੀ, ਹਰ ਰੰਗ ਉੱਡਦਾ, ਕਬੂਤਰ ਦੇ ਪੁਆਇੰਟ ਹੋਣੇ ਚਾਹੀਦੇ ਨੇ। ਕੀ ਕਹਿੰਦੇ ਜੀ, ਪੁਆਇੰਟ ਅੱਛੇ ਹੋਣੇ ਚਾਹੀਦੇ ਨੇ ਕਬੂਤਰ। ਠੀਕ ਹੈ, 2-3 ਚੀਜ਼ਾਂ ਹੈਗੀਆਂ, ਪਰਾਂ ਨਾਲ ਉੱਡਦਾ ਕਬੂਤਰ। ਕੀ ਕਹਿੰਦੇ ਜੀ, ਕਬੂਤਰ ਅਸੀਂ ਪਰ ਬੰਨ ਕੇ ਉਡਾਉਂਦੇ ਹਾਂ, ਕਿਉਂ ਜਲਦੀ ਬੈਠ ਜਾਂਦਾ, ਗਹਿ ਪਾ ਜਾਂਦਾ ਪਰਾਂ ਦੇ ਵਿੱਚ। ਠੀਕ ਹੈ ਕਿ ਨਹੀਂ, ਖੁੱਲ੍ਹਾ ਉਡਾਉਂਦੇ ਹਾਂ ਅਤੇ ਪੂਰੇ ਟਾਈਮ ਨਾਲ ਬੈਠਦਾ। ਕੀ ਕਰਦੇ ਨੇ, ਹੱਡੀ ਹਰ ਤਰ੍ਹਾਂ ਦੀ ਸਹੀ ਹੈ, ਬਹੁਤੀਆਂ ਵੱਡੀਆਂ ਹੱਡੀਆਂ ਦੇ ਕਬੂਤਰ ਵੀ ਨਹੀਂ ਚੰਗੇ। ਚਲੋ ਸ਼ੋਰ ਕਰੀਏ, ਹਾਂਜੀ ਠੀਕ ਹੈ ਸ਼ਾਹ ਜੀ, ਕੋਈ ਗੱਲ ਨਹੀਂ।